ਸਾਧਾਂ ਨੇ ਸਤਸੰਗ ਜੀ ਦੋਨਾਂ ਵਰਾਵਾਂ ਨੇ ਫੌਜ ਲਿਆਂਦੀ ਚਮਕੌਰ ਸਾਹਿਬ ਵੱਲ ਨੂੰ। ਸਤ ਦਰਬ ਅਲੰਘ ਆਏ ਦਲ ਸਾਰਾ, ਸਾਰਾ ਦਲ ਸਤਲੁਜ ਦਰਿਆ ਲੰਘਿਆ। ਸੁਣਿਓ ਖਾਲਸੇ ਬਜਤ ਨਗਾਰਾ, ਇਹ ਖਾਲਸੇ ਦੇ ਵੀ ਸਤਸੰਗ ਕੰਨੀ ਧੁਨ ਪਈ ਕਿ ਨਗਾਰਾ ਕਿੱਧਰ ਵੱਜ ਰਿਹਾ ਹੈ। ਇਤਨੇ ਮੈਂ ਇੱਕ ਨਰ ਚੱਲ ਆਇਓ, ਜਦ ਨੂੰ ਸਤਸੰਗ ਜੀ ਇੱਕ ਆਦਮੀ ਚੱਲ ਕੇ ਆਇਆ। ਦਲ ਮੈਂ ਹੋ ਤੋ ਭੇਤ ਸਭ ਲਿਆਇਓ, ਇਹ ਤੁਰਕਾਂ ਦੇ ਦਲ ਵਿੱਚ ਸੀ ਸਾਰਾ ਭੇਤ ਲੈ ਆਇਆ। ਗੁਰੂ ਘਰ ਦਾ ਪ੍ਰੇਮੀ ਸੀ, ਹੱਥ ਜੋੜ ਗੁਰ ਸਾਥ ਉਚਾਰਾ, ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਕਿਮਨ ਚਿੰਤ ਪ੍ਰਭ ਡੇਰੋ ਡਾਰਾ, ਇਹ ਮਹਾਰਾਜ ਚਿੰਤਾ ਤੋਂ ਰਹਿਤ ਹੋ ਕੇ ਕਿਵੇਂ ਆਪਣੇ ਆਸਣਾਂ ਤੇ, ਸਿੰਘ ਵੀ ਪਏ ਨੇ ਤੁਸੀਂ ਵੀ ਵਿਰਾਜੇ ਹੋਏ ਹੋ। ਤੁਮ ਪਰ 10,000 ਸਵਾਰ, ਇਕਦਮ ਮਹਾਰਾਜ ਤੁਹਾਡੇ ਤੇ ਘੋੜ ਸਵਾਰ 10,000 ਦੀ ਗਿਣਤੀ ਚ ਫੌਜ ਚੜ ਕੇ ਆ ਰਹੀ ਹੈ। ਦੋ ਅਮਰਾਵ ਆਏ ਰਿਸ ਧਾਰ, ਉਸਾ ਧਾਰ ਕੇ ਦੋ ਅਮਰਾਓ ਆ ਰਹੇ ਨੇ। ਪ੍ਰੇਮ ਗਰੇਸ਼ਰ ਇਤਲੇ ਆਏ, ਇਹ ਮਹਾਰਾਜ ਕਾਰਨ ਕਿਉਂ ਹੈ ਉਹਨਾਂ ਦੇ ਆਉਣ ਦਾ? ਇਹ ਪਹਾੜੀ ਰਾਜੇ ਪ੍ਰੇਰ ਕੇ ਤੁਹਾਡੇ ਤੇ ਚੜਾ ਕੇ ਲਿਆ ਰਹੇ ਨੇ। ਸਾਵਧਾਨ ਪ੍ਰਭ ਰਚਿਓ ਉਪਾਏ, ਇਹ ਆ ਕੇ ਪ੍ਰੇਮੀ ਨੇ ਦੱਸਿਆ, ਆਪ ਜੀ ਕੋਈ ਯਤਨ ਕਰ ਲੋ, ਸਾਵਧਾਨ ਹੋਵੋ। ਮੈਂ ਰਾਵਰ ਸਿੱਖ ਸੁਣ ਕੇ ਪਾਤਾਇਓ, ਮੈਂ ਜੀ ਤੁਹਾਡਾ ਨਾਮ ਤਰੀਕ ਸਿੱਖ ਹਾਂ, ਭਾਵੇਂ ਤੁਰਕਾਂ ਦੇ ਘਰ ਦੀ ਨੌਕਰੀ ਕਰਦਾ, ਮੇਰੇ ਕੋਲ ਇਹ ਸਾਰਿਆਂ ਨਹੀਂ ਗਿਆ, ਮੈਂ ਤੁਹਾਨੂੰ ਦੱਸਣ ਆਇਆ ਹਾਂ। ਆਨ ਭੇਤ ਗਨ ਰਿਪਨ ਬਤਾਇਓ, ਮੈਂ ਬੈਰੀਆਂ ਦਾ ਆ ਕੇ ਭੇਤ ਦੱਸਿਆ ਤੁਹਾਨੂੰ। ਰਣਜੀਤ ਨਗਾਰਾ, ਹਰਸੇ ਨੂੰ ਕਿਹਾ ਨਗਾਰ ਜੀ ਨੂੰ, ਨੱਥਾ ਸਿੰਘ ਨੂੰ, ਭਾਈ ਰਣਜੀਤ ਨਗਾਰਾ ਬਜਾ ਦੇ ਛੇਤੀ। ਡਾਲ ਹੈਨ ਪਰ ਜੀਨ ਉਤਾਲੇ, ਸਿੰਘਾਂ ਨੂੰ ਹੁਕਮ ਕਰ ਦਿਓ ਛੇਤੀ ਘੋੜਿਆਂ ਤੇ ਕਾਠੀਆਂ ਪਾਉਣ। ਤੁਪਕ ਖੜਗ ਧਨ ਢਾਲ ਸੰਭਾਲੇ, ਰਫਨਾ ਇਸੇ ਤਰ੍ਹਾਂ ਢਾਲੇ ਧਨਖ ਤੀਰ ਆਦਿਕ ਤਲਵਾਰਾਂ ਸਾਂਭ ਲੈਣ। ਸਾਵਧਾਨ ਹਵੈ ਰੋਕਿਓ ਆਗਾ, ਆਪੋ ਆਪਣੇ ਸ਼ਸਤਰ ਸਾਂਭ ਕੇ ਤੁਰਕਾਂ ਨੂੰ ਆਉਂਦਿਆਂ ਨੂੰ ਸਾਹਮਣੇ ਆਪਾਂ ਮੁਕਾਬਲਾ ਕਰਨਾ, ਅੱਗਾ ਰੋਕੋ ਵੱਧ ਕੇ। ਸਿੰਘਨ ਹਿਰਦੈ ਵੀਰ ਰਸ ਜਾਗਾ, ਸਤਗੁਰਾਂ ਦੇ ਕਹਿਣ ਦੀ ਦੇਰ ਸੀ ਖਾਲਸਾ ਜੀ, ਜਦੋਂ ਰਣਜੀਤ ਨਗਾਰੇ ਤੇ ਧੁਨੀਆਂ ਉੱਠੀਆਂ ਉਸ ਵੇਲੇ ਵੀਰ ਰਸ ਜਾਗ ਪਿਆ। ਦਲ ਮੁਕਾਬਲੇ ਦੋਨੋਂ ਹੋਏ, ਦੋਨਾਂ ਦਲਾਂ ਦੇ ਮੁਕਾਬਲੇ ਸ਼ੁਰੂ ਹੋਣ ਲੱਗੇ। ਗੋਚਰ ਦ੍ਰਿਸ਼ਟ ਪਰਸਪਰ ਦੋਏ, ਸਾਹਮਣੇ ਇੱਕ ਦੂਜੇ ਦੇ ਹੋਏ ਜਦੋਂ ਦ੍ਰਿਸ਼ਟੀ ਦੇ। 5,000 ਇੱਕ ਉਮਰਾਵ, ਇਹਨਾਂ ਦੋਨਾਂ ਚੋਂ ਸਤਸੰਗ 10,000 ਗਿਣਤੀ ਦੀ ਫੌਜ ਹੈ। ਸੈਦਾ ਬੇਗ 5,000 ਦਾ ਮਾਲਕ ਹੈ, 5,000 ਦਾ ਅਲਫਕਾ ਹੈ। ਸੈਦਾ ਬੇਗ ਜਿਸੀ ਕੋ ਨਾਵ, ਇਹ ਜਿਹਦਾ ਨਾਮ ਸੈਦਾ ਬੇਗ ਸੀ, ਇਹਦੀ 5,000 ਫੌਜ ਸੀ। ਤਿੰਨ ਸਤਿਗੁਰ ਦੇਸ਼ ਦ੍ਰਿਸ਼ਟ ਚਲਾਈ, ਇਹਨੇ ਖਾਲਸਾ ਜੀ ਸਤਿਗੁਰੂ ਜੀ ਵੱਲ ਨੂੰ ਦੇਖਿਆ, ਕਹਿੰਦੇ ਜਿਹਦੇ ਜਿਹਨਾਂ ਤੇ ਚੜਾਇਆ ਹੈ ਸਾਨੂੰ ਪਹਾੜੀ ਰਾਜਿਆਂ ਨੇ, ਗੁਰੂ ਨੂੰ ਤਾਂ ਦੇਖ ਲਈਏ ਕਿਹਾ ਜਿਹਾ ਕਸੂਰਮਾ। ਇਹਨੇ ਸਤਸੰਗ ਆਪਦੇ ਘੋੜੇ ਤੇ ਬੈਠੇ ਬੈਠੇ ਨੇ ਦੇਖਣ ਲੱਗਾ ਉੱਚਾ ਹੋ ਕਰਕੇ ਕਿਹੜੇ ਹਨ ਗੁਰੂ ਸਾਹਿਬ ਜੀ। ਤਤ ਸ਼ਿਨ ਹਿਰਦੈ ਸਮਤ ਹੋਏ ਆਈ, ਅਚਨ ਚੇਤ ਸਤਸੰਗ ਜੀ ਸਾਹਮਣੇ ਦਿਸ ਪਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇਸ ਨੂੰ ਦੇਖਣ ਦੀ ਦੇਰ ਸੀ ਖਾਲਸਾ ਜੀ, ਦੇਖ ਲਓ ਸਤਿਗੁਰ ਨੂੰ ਸਭ ਕੋ ਦੇਖਦਾ ਜਿੱਤਾ ਜਗਤ ਸੰਸਾਰ, ਜਿੱਥੇ ਮੁਕਤ ਨਾ ਹੋਵੇ ਜਿੱਥੇ ਗੁਰ ਸ਼ਬਦ ਨਾ ਕਰੇ ਵਿਚਾਰ। ਦੇਖਦੇ ਸਾਰੇ ਹਨ, ਦੇਖਦੇ ਤਾਂ ਭਾਈ ਹੋਰ ਤੁਰਕ ਵੀ ਸੀਗੇ, ਅਲਫਖਾਂ ਵੀ ਦੇਖਦਾ ਸੀ, ਪਰ ਦੇਖਣ ਦੇਖਣ ਖਾਲਸਾ ਜੀ ਫਰਕ ਹੈ। ਆਹ ਗੁਰੂ ਕੀ ਸੰਗਤ ਬੈਠੀ ਹੈ, ਇਹਨੂੰ ਵੀ ਦੇਖਣ ਦੇਖਣ 'ਚ ਫਰਕ ਹੈ। ਕੋਈ ਤਾਂ ਦੇਖਦਾ ਆਹ ਮੇਰੇ ਨਾਲ ਇਸ ਤਰ੍ਹਾਂ ਦਾ ਵਾਹ ਪਾਉਣਾ ਲੜਿਆ ਮੇਰੇ ਨਾਲ, ਆ ਕੋਈ ਦੇਖਦਾ ਕਿ ਸਾਰੀ ਗੁਰੂ ਰੂਪ ਹੈ, ਉਹਨਾਂ ਨੂੰ ਅਦਭੁਤ ਫਲ ਹੈ। ਸੋ ਸਤਸੰਗਤ ਜੀ, ਸੈਦਾ ਬੇਗ ਨੇ ਜਦੋਂ 10ਵੇਂ ਪਾਤਸ਼ਾਹ ਨੂੰ ਦੇਖਿਆ, ਉਸੇ ਵੇਲੇ ਖਾਲਸਾ ਜੀ ਜਿਹੜੀ ਨੀਤੀ ਸੀ ਨਾ ਡੰਨ ਦੀ, ਉਹ ਕਿਧਰੇ ਮਨ ਵਿੱਚੋਂ ਉੱਡ ਗਈ। ਜਾਗ ਪਰੇ ਪੂਰਬਲੇ ਭਾਗਾ, ਇਹਦੇ ਪੂਰਬਲੇ ਭਾਗ ਜਾਗ ਪਏ ਸੈਦਾ ਬੇਗ ਦੇ। ਸੁਪਤ ਉੱਠਿਓ ਜਿਮ ਲਗ ਅਨਰਾਗਾ, ਜਿਵੇਂ ਇਹਦੇ ਅੰਦਰ ਪ੍ਰੇਮ ਸੁੱਤਾ ਪਿਆ ਸੀਗਾ। 10ਵੇਂ ਪਾਤਸ਼ਾਹ ਦਰਸ਼ਨ ਕਰਨ ਦੀ ਦੇਰ ਸੀ, ਪ੍ਰੇਮ ਜਾਗ ਪਿਆ ਅੰਦਰੋਂ ਹੀ। ਜੇ ਤੱਕ ਚਮੂ ਕਹੇ ਮੈਂ ਹੁਤੀ, ਜਿੰਨੀ ਫੌਜ ਇਹਦੇ ਅਧੀਨ ਸੀ ਇਹਦੇ ਆਖੇ ਲੱਗਣ ਵਾਲੀ, ਸਭ ਕੀ ਆਪਣ ਸੰਗ ਕਰ ਮਤੀ, ਸਾਰਿਆਂ ਨੂੰ ਇੱਕ ਪਾਸੇ ਇਕੱਠੇ ਕਰਕੇ ਰਾਏ ਵਿੱਚ ਕਰ ਲਿਆ। ਜੇ ਤੱਕ ਹੁਤੀ ਸ਼ਾਹ ਦਿਸ਼ਕੇਰੀ, ਜਿਤਨੇ ਪਾਤਸ਼ਾਹ ਦੇ ਪੱਖੀ ਕੱਟੜ ਸਨ ਮੁਸਲਮਾਨ, ਸਭ ਕੋ ਤਿਆਗ ਕੀਨ ਤਿਸ ਬੇਰੀ, ਇਹਦੇ ਸਾਥੀਆਂ ਨੇ ਉਹਨਾਂ ਸਾਰਿਆਂ ਦਾ ਤਿਆਗ ਕਰਤਾ, ਫੌਜ ਫਟ ਗਈ। ਪ੍ਰਿਥਕ ਹੋ ਦੁੰਦਬ ਬਜਾਵਿਓ, ਇਹਨਾਂ ਨੇ ਸਤਸੰਗਤ ਜੀ ਅਲਫ ਖਾਂ ਦੀ ਫੌਜ ਨੇ ਵੱਖਰੇ ਹੋ ਕੇ
ਧੌਂਸਾ ਵਜਾ ਦਿੱਤਾ, ਲੜਨਾ ਸ਼ੁਰੂ ਕੀਤਾ ਸਿੰਘਾਂ ਨਾਲ, ਸਨੇ ਸਨੇ ਸੰਗਰਾਮ ਮਚਾਇਓ। ਜੰਗ ਹੌਲੀ ਹੌਲੀ ਸ਼ੁਰੂ ਹੋ ਗਿਆ, ਪਰ ਇਹਦੇ ਜਿਹੜੇ ਸਾਥੀ ਸੀ, ਇਹਦੀ ਫੌਜ ਨਾਲ ਹੀ ਸੈਦਾ ਵੇਗ, ਇਹ ਨਾਲ ਉਹਨਾਂ ਦੇ ਰਹੇ ਪਰ ਲੜੇ ਨਹੀਂ। ਜਬ ਘਮੰਡ ਕੀ ਮਚੀ ਲੜਾਈ, ਜਦੋਂ ਸਿੰਘਾਂ ਦੇ ਨਾਲ ਬੜੀ ਗਾੜੀ ਲੜਾਈ ਮੱਚ ਪਈ, ਜਵਾਲਾ ਬਮਣੀ ਬ੍ਰਿੰਦ ਚਲਾਈ, ਦੋਨਾਂ ਪਾਸੋਂ ਤੋਂ ਰਫਲਾਂ ਦੀਆਂ ਗੋਲੀਆਂ ਛੁੱਟਣ ਲੱਗੀਆਂ। ਫੇਰ ਹੈਨ ਕੋ ਸਿੰਘ ਪ੍ਰਹਾਰੈ, ਘੋੜਿਆਂ ਦੇ ਨਾਲ ਪੈਂਤਰੇ ਨਾਲ ਫੇਰ ਫੇਰ ਕੇ ਘੋੜਿਆਂ ਨੂੰ ਸਤਸੰਗ ਮੋੜ ਮੋੜ ਸਿੰਘ ਗੋਲੀਆਂ ਚਲਾਉਂਦੇ, ਤਥਾ ਤੁਰਕ ਸਨਮੁਖ ਹੋਵੇ ਮਾਰੇ, ਤੁਰਕ ਵੀ ਸਾਹਮਣੇ ਗੋਲੀਆਂ ਚਲਾਉਂਦੇ ਨੇ ਸਿੰਘਾਂ ਤੇ। ਸਪਾਟ ਤਰੰਗ ਅੰਗ ਲੱਗ ਗੋਰੀ, ਸੂਰਮਿਆਂ ਦੇ ਘੋੜਿਆਂ ਦੇ ਅੰਗਾਂ ਨੂੰ ਗੋਲੀਆਂ ਲੱਗਦੀਆਂ। ਗ੍ਰਹਿ ਧਰਨ ਪਰ ਮੁਖ ਨਹਿ ਮੋਰੀ, ਜਿਹੜੇ ਸੂਰਮੇ ਆ ਭਾਈ ਮੂੰਹ ਨਹੀਂ ਮੋੜਦੇ, ਧਰਤੀ ਤੇ ਡਿੱਗੀ ਜਾਂਦੇ ਨੇ, ਸ਼ਹੀਦ ਹੋਈ ਜਾਂਦੇ ਨੇ। ਇਸੇ ਕਰਕੇ ਖਾਲਸਾ ਜੀ ਘੋੜਾ ਵੀ ਮਰਦ ਮੰਨਿਆ ਹੈ। ਘੋੜਾ ਕਦੇ ਵੀ ਜੰਗ ਦੇ ਵਿੱਚ ਪਿੱਛੇ ਨੂੰ ਨਹੀਂ ਨੱਠੇਗਾ, ਗੂਹਰੇ ਨੂੰ ਜਾਵੇਗਾ। ਇਹ ਜਦੋਂ ਵਾਹ ਪੈਂਦਾ ਜੰਗ ਦੇ, ਜਦੋਂ ਪਤਾ ਲੱਗਦਾ ਘੋੜਾ ਸੱਸ ਜਿੰਨਾ ਮਰਜ਼ੀ ਖੜਕਾ ਹੋਈ ਜਾਵੇ ਬਰੂਦ ਦਾ, ਘੋੜਾ ਪਿੱਛੇ ਨੂੰ ਨਾ ਮੁੜ ਗਿਆ, ਗਾਹਾਂ ਨੂੰ ਵਧੇਗਾ ਖਾਲਸਾ ਜੀ। ਇਹ ਕੁਦਰਤੀ, ਇਹਦੇ ਅੰਦਰ ਸੂਰਮਤਾਈ ਦਾ ਗੁਣ ਵਾਹਿਗੁਰੂ ਨੇ ਭਰਿਆ ਹੋਇਆ ਹੈ। ਇਹ ਘੋੜੇ ਤੇ ਸੂਰਮੇ ਗੋਲੀਆਂ ਲੱਗ ਕੇ ਡਿੱਗਦੇ ਹਨ, ਦਿਸ਼ ਦੋਇਨ ਤੇ ਟਿਕੀ ਲੜਾਈ, ਦੋਹਾਂ ਪਾਸਿਆਂ ਤੋਂ ਬੜੀ ਘਮਸਾਨ ਦੀ ਲੜਾਈ ਟਿਕ ਗਈ। ਅਬ ਲੋਕ ਹੈ ਤੇਰ ਹੋਏ ਸਹਾ ਗੁਸਾਈ, ਸਤਿਗੁਰੂ ਜੀ ਪਿੱਛੇ ਖੜ ਕੇ ਦੇਖ ਰਹੇ ਨੇ, ਨਹੀਂ ਪ੍ਰਹਾਰ ਸਰਨ ਕੋ ਕਰੇ, ਆਪ ਜੀ ਕੋਈ ਤੀਰ ਨਹੀਂ ਛੱਡ ਰਹੇ, ਸਿੰਘਾਂ ਦਾ ਜੰਗ ਦੇਖ ਰਹੇ ਨੇ। ਗਾਡੇ ਹੋਏ ਖਾਲਸਾ ਲੜੇ, ਤਕੜਾ ਹੋ ਕੇ ਖਾਲਸਾ ਲੜ ਰਿਹਾ ਮਹਾਰਾਜ ਦੀ ਤਾਬਿਆ ਵਿੱਚ। ਕੇਤਕ ਬੇਰ ਜਬ ਲੜਤ ਬਿਤਾਈ, ਕਿਤਨਾ ਕੁ ਸਮਾਂ ਲੜਦਿਆਂ ਬਤੀਤ ਹੋਇਆ, ਸੈਦਾ ਬੇਗ ਚਹੈ ਸ਼ਰਨਾਈ, ਸੈਦਾ ਬੇਗ ਸੋਚਦਾ ਮੈਂ ਕਦੋਂ ਗੁਰੂ ਕੀ ਸ਼ਰਨ ਲਵਾਂ, ਤਜ ਤੁਰ ਕਨੁਕੇ ਦਲ ਕੋ ਸਾਥ, ਇਹਨੇ ਆਪਣੇ ਸਾਥੀਆਂ ਦੇ ਸਮੇਤ ਤੁਰਕਾਂ ਦਾ ਜਿਹੜੀ ਫੌਜ ਸੀ ਨਾ ਲੜਨ ਵਾਲੀ, ਉਹਨਾਂ ਦਾ ਸਾਥ ਛੱਡ ਕੇ, ਮਿਲਿਓ ਖਾਲਸੇ ਸਨ ਕਹਿ ਗਾਥ, ਸਤ ਸੰਗਤ ਜੀ ਚਿੱਟੀ ਝੰਡੀ ਫੇਰਤੀ ਹੱਥ 'ਚ ਲੈ ਕੇ, ਕਿ ਮੈਂ ਤਾਂ ਤੁਹਾਡਾ ਸਾਥੀ ਹਾਂ। ਖਾਲਸੇ ਨੂੰ ਕਹਿੰਦਾ ਮੈਨੂੰ ਸ਼ਰਨ ਰੱਖ ਲਓ, ਜਿਮ ਤੁਮ ਗੁਰ ਕੇ ਸਿੱਖ ਵਡੇਰੇ, ਆਵਾਜ਼ ਦਿੱਤੀ ਘੋੜੇ ਤੇ ਖੜੇ ਨੇ, ਕਹਿਣ ਲੱਗਾ ਉਹ ਸਿੰਘੋ ਜਿਵੇਂ ਤੁਸੀਂ ਗੁਰੂ ਕੇ ਸਿੱਖ ਹੋ, ਤਥਾ ਪਖੀ ਜੈ ਮੋ ਕੋ ਚੇਰੇ, ਮੈਨੂੰ ਵੀ ਗੁਰੂ ਕਾ ਦਾਸ ਸਮਝ ਲਓ, ਮੈਂ ਗੁਰੂ ਕਾ ਮਰੀਦ ਹਾਂ। ਜੰਗ ਜੀਤ ਕੇ ਮਿਲਹੋਂ ਫੇਰ, ਮੈਂ ਜਦੋਂ ਜੰਗ ਜਿੱਤ ਹੋ ਜਾਵੇਗੀ ਉਦੋਂ ਗੁਰੂ ਦਸਵੇਂ ਪਾਤਸ਼ਾਹ ਦਰਸ਼ਨ ਕਰਾਂਗਾ। ਇਮ ਕਹਿ ਮਿਲ ਕਰ ਭਇਓ ਦਲੇਰ, ਮੈਨੂੰ ਨਾਲ ਮੇਲ ਲਓ। ਐ ਸਤਿ ਸਿੰਘਾਂ ਦੇ ਨਾਲ ਜਦੇ ਹੀ ਪੱਖ ਚ ਹੋ ਕੇ ਸਿੰਘਾਂ ਦੇ ਜੰਗ ਲੜਨ ਲੱਗ ਗਿਆ, ਸੈਦਾ ਬੇਗ ਆਪਦੀ ਫੌਜ ਸਿੰਘਾਂ ਵੱਲ ਕਰ ਲਈ, ਸਿੰਘਨ ਤੇ ਆਗੇ ਹੋਏ ਲੜਿਓ, ਸਿੰਘਾਂ ਤੋਂ ਅੱਗੇ ਵੱਧ ਕੇ ਲੜਿਆ ਉਹਨਾਂ ਤੁਰਕਾਂ ਨਾਲ, ਇਹ ਗਨ ਤੁਰਕਨ ਕੋ ਮਾਰਨ ਕਰਿਓ, ਬਹੁਤ ਮੁਸਲਮਾਨਾਂ ਨੂੰ ਮਾਰਿਆ ਸੈਦ ਬੇਗ ਨੇ। ਅਲਫ ਖਾਨ ਪਿਹ ਕਰ ਵਪ੍ਰੀਤ, ਜਦੋਂ ਅਲਫ ਖਾਨ ਨੇ ਦੇਖਿਆ ਜਦ ਮੇਰਾ ਸਾਥੀ ਅੱਧ ਦਾ ਉਹੀ ਗੁਰੂ ਸਾਹਿਬ ਵੱਲ ਹੋ ਗਿਆ, ਹੁਣ ਮੇਰੀ ਫੌਜ ਕਿਵੇਂ ਜਿੱਤੇਗੀ, ਸਾਥੀ ਫਟਿਓ ਕਹਾਂ ਅਬ ਜੀਤ, ਹੁਣ ਕਿੱਥੇ ਮੈਨੂੰ ਜਿੱਤ ਦੀ ਉਮੀਦ ਆ ਜਦ ਮੇਰਾ ਸਾਥੀ ਫਟ ਗਿਆ। ਸਨੇ ਸਨੇ ਨਿਜ ਸੈਨ ਹਟਾਈ, ਹੌਲੀ ਹੌਲੀ ਸਤਸੰਗ ਜੀ ਆਪਣੀ ਫੌਜ ਪਿੱਛੇ ਕਰ ਲਈ ਅਲਫ ਖਾਨ, ਤਉ ਖਾਲਸਾ ਮਾਰਤ ਜਾਈ, ਖਾਲਸੇ ਦਾ ਦਿਲ ਵੱਧ ਗਿਆ, ਫੇਰ ਵੀ ਮਾਰਦੇ ਹੀ ਜਾਂਦੇ ਨੇ ਉਹਨਾਂ ਨੂੰ। ਸੈਦਾ ਬੇਗ ਸਿੰਘ ਮਿਲ ਸਾਰੇ, ਸੈਦਾ ਬੇਗ ਦੀ ਕੁਝ ਫੌਜ ਹੈ, ਕੋਈ ਨਾਲ ਸਿੰਘ ਮਿਲੇ ਹਨ, ਦੂਰ ਭਜਾਵਤ ਲੱਗ ਬਹੁ ਮਾਰੇ, ਬਹੁਤ ਦੂਰ ਭਜਾਇਆ ਏ ਅਲਫ ਖਾਨ ਦੀ ਫੌਜ ਨੂੰ, ਨਾਲੇ ਨੱਠ ਗਿਆ। ਲੇ ਕਰ ਫਤਿਹ ਹਟੇ ਪਸ਼ਚਾਤੀ, ਜਿੱਤ ਪ੍ਰਾਪਤ ਕਰਕੇ ਪਿੱਛੇ ਮੁੜਿਆ, ਇਹ ਖਾਲਸਾ ਵੀ ਮੁੜਿਆ, ਸੈਦਾ ਬੇਗ ਵੀ ਮੁੜਿਆ। ਤੁਰਕ ਪੁੰਜ ਕੇ ਬਨ ਕਰ ਘਾਤੀ, ਸਾਰੇ ਤੁਰਕਾਂ ਨੂੰ ਮਾਰਨ ਵਾਲੇ ਹਨ, ਜਹਾਂ ਖਲੇ ਕਲਗੀ ਧਰ ਧੀਰ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੀਰੀ ਧਾਰੀ ਖੜੇ ਸਨ, ਹੋਰ ਪ੍ਰਮੋਦ ਧਰ ਪਹੁੰਚੇ ਤੀਰ, ਹਿਰਦੇ ਚ ਜਿੱਤ ਦੀ ਖੁਸ਼ੀ ਧਾਰ ਕੇ ਪਾਸ ਪਹੁੰਚੇ ਦਸਵੇਂ ਪਾਤਸ਼ਾਹ ਦੇ। ਸੈਦਾ ਬੇਗ ਉਤਰ ਹੈ ਤਰੇ, ਸਤ ਸੰਗਤ ਜੀ ਦਰਸ਼ਨ ਤਾਂ ਪਹਿਲਾਂ ਹੀ ਦੂਰੋਂ ਹੀ ਕਰਦੇ ਸੀ, ਮਨ ਵਿੱਚ ਪ੍ਰੇਮ ਜਾਗਿਆ, ਤਦੇ ਹੀ ਸੰਗਾਂ ਦੇ ਪੱਖ 'ਚ ਹੋਇਆ ਸੈਦਾ ਬੇਗ। ਘੋੜੇ ਤੋਂ ਉਤਰ ਕੇ ਮਹਾਰਾਜ ਦੇ ਨੇ ਦਰਸ਼ਨ ਕੀਤੇ, ਗੁਰ ਕੇ ਚਰਨ ਵੰਦਨਾ ਕਰੇ, ਗੁਰੂ ਸਾਹਿਬ ਦੇ ਚਰਨਾਂ ਤੇ ਸੈਦ ਬੇਗ ਨੇ ਮੱਥਾ ਟੇਕਿਆ। ਜਦੋਂ ਬੋਲੇ ਪ੍ਰਭੂ ਉਮਰ ਬਰਕਰਾਰ, ਮਹਾਰਾਜ ਕਹਿੰਦੇ ਉਮਰ ਬਰਕਰਾਰ, ਹੇ ਵੇਦ ਸੈਦੇ ਖਾਂ ਸੈਦ ਬੇਗ, ਤੇਰੇ ਭਾਈ ਤੇਰੀ ਉਮਰ ਵਧੇ, ਭਾਵ ਆਸ਼ੀਰਵਾਦ ਦਿੱਤੀ ਤੂੰ ਲੰਮੀ ਉਮਰ ਵਾਲਾ ਹੋਵੇਂ, ਇਹ ਬਚਨ ਕਹੇ ਮਹਾਰਾਜ ਨੇ। ਮਿਲੇ ਸੋ ਖੂਬ ਈਨ ਤਕਰਾਰ, ਨਾਲੇ ਕਹਿਤਾ ਬਈ ਖੂਬ ਚੰਗੀ ਤਰ੍ਹਾਂ ਐਨ ਪੂਰੇ ਸਮੇਂ ਤੇ ਜਿਵੇਂ ਇਕਰਾਰ ਕੀਤਾ ਹੋਇਆ ਸੀ ਨਾ, ਤੂੰ ਹੋਰਾ ਵੀ ਅੱਗੇ ਪਿੱਛੇ ਨਹੀਂ ਹਟਿਆ, ਪਿਛਲੇ ਜਨਮ ਦੇ ਇਕਰਾਰ ਕੀਤੇ ਅਨੁਸਾਰ ਤੂੰ ਬੜਾ ਮੌਕੇ ਤੇ ਸਾਨੂੰ ਆ ਕੇ ਮਿਲਿਆ ਹੈ।
ਸੈਦਾ ਬੇਗ ਸਮਝੂ ਤੂੰ ਬੇਗ ਸੈਦਾ ਬੇਗ ਤੂੰ ਛੇਤੀ ਸਮਝ ਲੈ ਐਹੋ ਕੰਧਾਰੀ ਬਹੰਦੋ ਤੇਗ ਤੂੰ ਪਤਾ ਕੌਣ ਹੈ ਤੂੰ ਕੰਧਾਰੀ ਸੂਰਮਾ ਹੈ ਪਠਾਨ ਤੇਗ ਬੰਨਦਾ ਹੁੰਦੇ ਪਿਛਲੇ ਜਨਮ ਵਿੱਚ ਵੀ ਸੂਰਮਾ ਸੀ ਕਮਰ ਕਸੇ ਤਲਵਾਰ ਰੱਖਦਾ ਸੀ ਪੂਰਬ ਗੁਰ ਨਾਨਕ ਤੁਮ ਮਿਲੇ ਪਹਿਲਾਂ ਕਾਬਲ ਵਿੱਚ ਤੈਨੂੰ ਗੁਰੂ ਨਾਨਕ ਦੇਵ ਜੀ ਮਿਲੇ ਹਨ ਸੇਵਾ ਕਰੀ ਹੁਤੀ ਤਬ ਭਲੇ ਤੇਰੇ ਬਾਗ ਵਿੱਚ ਉਤਰੇ ਸੀ ਉਸ ਵੇਲੇ ਤੂੰ ਬੜੀ ਸੇਵਾ ਕੀਤੀ ਗੁਰੂ ਨਾਨਕ ਦੇਵ ਜੀ ਦੀ ਤਬ ਹਮ ਤੋ ਸੌ ਇਮ ਕਹਿ ਗਏ ਕਹਿ ਰਹੇ ਨੇ ਉਸ ਵੇਲੇ ਅਸੀਂ ਤੈਨੂੰ ਕਿਹਾ ਸੀ ਐਵੇਂ ਨੀ ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਦੀ ਜੋਤ ਹਨ ਦਸਵੇਂ ਪਾਤਸ਼ਾਹ ਵੀ ਕਹਿੰਦੇ ਤੈਨੂੰ ਪਤਾ ਉਸ ਵੇਲੇ ਅਸੀਂ ਤੈਨੂੰ ਕੀ ਕਹਿ ਕੇ ਗਏ ਸੀ ਕਬਹਿ ਬੁਲਾਵੇ ਗਏ ਹਿੱਤ ਕੀਏ ਤੈਨੂੰ ਤੇਰੇ ਹਿੱਤ ਨੂੰ ਦੇਖ ਕੇ ਕਿਹਾ ਸੀ ਵੀ ਤੈਨੂੰ ਕਿਤੇ ਬੁਲਾਵਾਂਗੇ ਇਹ ਬਚਨ ਕਹੇ ਸੀ ਗੁਰੂ ਨਾਨਕ ਰੂਪ ਵਿੱਚ ਤੈਨੂੰ ਸ਼ਸਤਰ ਬਲੋਕਨ ਕਰੇ ਤਿਹਾਰੋ ਤੇਰਾ ਸ਼ਸਤਰ ਵੀ ਦੇਖਾਂਗੇ ਜਿਹੜਾ ਤਾਂ ਬੰਨਿਆ ਕਮਰ ਕਸੇ ਤੇ ਉਦੋਂ ਤਾਂ ਤੇਰੇ ਨਾਲ ਕੀਤੀਆਂ ਸੀ ਭਾਉ ਭਗਤੀ ਦੀਆਂ ਬਾਤਾਂ ਬੰਦਗੀ ਵੱਲ ਤੈਨੂੰ ਲਾਇਆ ਸੀ ਪਰ ਸੀ ਤੂੰ ਉਦੋਂ ਵੀ ਸੂਰਮਾ ਪਹਿਲੇ ਜਨਮ ਵਿੱਚ ਤੇਰੇ ਕਮਰ ਕਸੇ ਤਲਵਾਰ ਕੀਤੀ ਹੋਈ ਸੀ ਅਸੀਂ ਤੁਰਨ ਲੱਗਿਆਂ ਨੇ ਗੁਰੂ ਨਾਨਕ ਰੂਪ ਵਿੱਚ ਤੈਨੂੰ ਕਿਹਾ ਸੀ ਜਦ ਤੂੰ ਕਿਹਾ ਮੈਂ ਜੀ ਸੂਰਮਾ ਤੈਨੂੰ ਕਿਹਾ ਸੀ ਅਸੀਂ ਤੇਰੇ ਸ਼ਸਤਰ ਕਹਾਂ ਸਮਾਂ ਆਵੇਗਾ ਫੇਰ ਦੇਖਾਂਗੇ ਤਬ ਪਰਖਾਂਗੇ ਜਥਾ ਉਚਾਰੋ ਜਿਵੇਂ ਤੂੰ ਸੂਰਮਾ ਕਹਿਣਾ ਮੈਂ ਗੁਰੂ ਨਾਨਕ ਦੇਵ ਨੂੰ ਕਹਿੰਦੇ ਮੈਂ ਜੀ ਸੂਰਮਾ ਬੜਾ ਭਾਰੀ ਪਠਾਨ ਹੁੰਦਾ ਮਹਾਰਾਜ ਕਹਿੰਦੇ ਉਦੋਂ ਤੈਨੂੰ ਪਰਖਾਂਗੇ ਕਿੰਨਾ ਕੁ ਤੂੰ ਸੂਰਮਾ ਹੈ ਪਰਚਾ ਪ੍ਰਥਮ ਸ਼ਬਦ ਕੋ ਕੀਆ ਪਹਿਲੇ ਜਨਮ ਵਿੱਚ ਜਦੋਂ ਤੂੰ ਉਦੋਂ ਅਸੀਂ ਗੁਰੂ ਨਾਨਕ ਰੂਪ ਵਿੱਚ ਪਰਚਾ ਸ਼ਬਦ ਦਾ ਰੱਖਿਆ ਸੀ ਤੇਰੇ ਨਾਲ ਅੱਜ ਜੰਗ ਦਾ ਪਰਚਾ ਪਾਇਆ ਹੈ ਅੱਜ ਤੂੰ ਸ਼ਰਨ ਲੈ ਕੇ ਤੁਰਕਾਂ ਨਾਲ ਜੰਗ ਕੀਤਾ ਸਾਡਾ ਪੱਖੀ ਬਣ ਕੇ ਉਦੋਂ ਤੈਨੂੰ ਸੀ ਭਗਤੀ ਬੰਦਗੀ ਚ ਲਾਇਆ ਸੀ ਪਾਛੇ ਇਸ ਪ੍ਰਕਾਰ ਕਹਿ ਦਿਆ ਮਗਰੋਂ ਬੰਦਗੀ ਵਿੱਚ ਲਾ ਕੇ ਤੈਨੂੰ ਇਉਂ ਕਹਿ ਆਏ ਸੀ ਕਾਬਲ ਕੰਧਾਰ ਵਿੱਚ ਤੁਪਕ ਕਮਾਇਲ ਕਰਾ ਮਾਤ ਕੀ ਕਿਹਾ ਹੁਣ ਫੇਰ ਮਹਾਰਾਜ ਨੇ ਬਚਨ ਕਹੇ ਰਫਲ ਸੀਏ ਦੇ ਹੱਥ ਵਿੱਚ ਕਹਿੰਦੇ ਤੁਪਕ ਕਮਾਲ ਰਫਲ ਚਲਾਉਣ ਦੀ ਤੇਰੀ ਕਮਾਈ ਬੜੀ ਹੈ ਮਹਾਰਾਜ ਕਹਿੰਦੇ ਬੜੀ ਕਮਾਈ ਹੈ ਇਸੇ ਨੂੰ ਲੋਕ ਕਰਾਮਾਤ ਕਹਿਣ ਲੱਗ ਜਾਂਦੇ ਨੇ ਹੇ ਸੈਦ ਬੇਗ ਜਿੰਨਾ ਕੋਈ ਕਿਸੇ ਕੰਮ ਵਿੱਚ ਨਿਪੁੰਨ ਹੁੰਦਾ ਪੂਰਨ ਹੁੰਦਾ ਲੋਕ ਦੰਗ ਹੋ ਕੇ ਕਹਿੰਦੇ ਵੀ ਆਹ ਤਾਂ ਕਰਾਮਾਤ ਹੀ ਦਿਖਾ ਦਿੱਤੀ ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਜਦੋਂ ਆਗਰੇ ਗਏ ਆ ਬਹਾਦਰ ਸ਼ਾਹ ਨੂੰ ਦਿੱਲੀ ਦਾ ਤਖ਼ਤ ਸੰਭਾਲਿਆ ਚਮਕੌਰ ਦੀ ਗੜੀ ਸਖ਼ਤ ਸੀ ਤੁਰਕਾਂ ਨੇ ਮਹਾਰਾਜ ਤੀਰ ਚੱਲਦੇ ਦੇਖੇ ਹੋਏ ਸੀ ਜਿਹੜੇ ਫੌਜ ਵਿੱਚ ਸਨ ਦੋ ਪਠਾਨ ਪੁੱਤਰ ਕਹਿਣ ਲੱਗੇ ਦਸਵੇਂ ਪਾਤਸ਼ਾਹ ਦੇ ਹੁਣ ਤਾਂ ਆਪਾਂ ਸਾਹਮਣੇ ਦਰਸ਼ਨ ਕਰਦੇ ਹਾਂ ਇਹਨਾਂ ਨੂੰ ਪੁੱਛ ਹੀ ਲਈਏ ਵੀ ਜੀ ਉਦੋਂ ਕਿਹੜੀ ਕਰਾਮਾਤ ਦਿਖਾਈ ਸੀ ਕਿ ਇੰਨੇ ਤੁਰਕ ਲੋਥਾਂ ਦੀਆਂ ਲੋਥਾਂ ਪਾ ਦਿੱਤੀਆਂ ਹੱਥ ਜੋੜ ਕੇ ਕਹਿੰਦੇ ਜੀ ਕਰਾਮਾਤ ਦਿਖਾਓ ਮਹਾਰਾਜ ਕਹਿੰਦੇ ਭਾਈ ਕਰਾਮਾਤ ਤਾਂ ਸਾਡੇ ਕੋਲ ਹੈ ਨਹੀਂ ਬਹਾਦਰ ਸ਼ਾਹ ਵੀ ਬੈਠਾ ਹੈ ਕਹਿੰਦੇ ਨਹੀਂ ਜੀ ਉਦੋਂ ਇੱਕ ਤੀਰ 10,000 ਵਿੱਚ ਦੀ ਕੱਢ ਦਿੱਤਾ ਕਹਿੰਦੇ ਭਾਈ ਕਰਾਮਾਤ ਨਹੀਂ ਸਾਡਾ ਕਸਰਤ ਹੀ ਸਾਡੀ ਇੰਨੀ ਅਭਿਆਸ ਹੀ ਸਾਡਾ ਇੰਨਾ ਕੀਤਾ ਹੋਇਆ ਸੀ ਨਹੀਂ ਜੀ ਦਿਖਾਓ ਕਰਾਮਾਤ ਜਦੋਂ ਬਹੁਤਾ ਹੀ ਕਹਿਣ ਲੱਗੇ ਮਹਾਰਾਜ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲਿਆ ਕਹਿੰਦੇ ਦਿਖਾਈਏ ਕਰਾਮਾਤ ਤੁਹਾਨੂੰ ਹੋਣੇ ਜਦੋਂ ਹੀ ਕੰਬਣ ਲਾ ਕੇ ਵੀ ਗੜ ਲਾ ਦੇਣੇ ਸੀ ਮਹਾਰਾਜ ਜੀ ਨੇ ਉਦੋਂ ਹੀ ਸੋ ਕਹਿੰਦੇ ਕਹਿਰ ਚ ਕਰਾਮਾਤ ਕਹਿਰ ਦਾ ਨਾਂ ਹੈ ਤੁਸੀਂ ਕਹਿਰ ਕਰਾਉਣਾ ਚਾਹੁੰਦੇ ਕਰ ਦਈਏ ਚੁੱਪ ਕਰਕੇ ਖਾਲਸਾ ਜੀ ਇਸੇ ਕਰਕੇ ਦਸਵੇਂ ਪਾਤਸ਼ਾਹ ਨੇ ਨੌਵੇਂ ਪਾਤਸ਼ਾਹ ਨੇ ਕਰਾਮਾਤਾਂ ਹੀ ਚਾਹੁੰਦਾ ਸੀ ਔਰੰਗਜ਼ੇਬ ਲੇਕਿਨ ਦਿਖਾਈਆਂ ਨਹੀਂ ਸੀਸ ਦੀਆ ਪਰ ਸਿਰ ਨਾ ਦੀਨਾ ਸਿਦਕ ਤੋਂ ਪਿੱਛੇ ਨਹੀਂ ਹਟੇ ਹਨ ਮਹਾਰਾਜ ਜੀ ਅੱਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਸੈਦ ਬੇਗ ਤੂੰ ਤੇਰਾ ਕਮਾਲ ਹੈ ਗੋਲੀਆਂ ਚਲਾਉਣ ਦਾ ਬੜਾ ਨਿਸ਼ਾਨ ਜੀ ਹੈ ਇਸੇ ਨੂੰ ਦੁਨੀਆਂ ਕਰਾਮਾਤ ਕਹਿ ਦਿੰਦੀ ਹੈ ਜੇ ਨਾ ਖੈਰ ਖਿਲਸ ਜਨਾਤ ਖਿਲਸ ਫਾਰਸੀ ਅਰਬੀ ਸਤ ਸੰਗਤ ਜੀ ਮਿੱਤਰ ਨੂੰ ਕਹਿੰਦੇ ਹੈ ਕਹਿੰਦੇ ਜਿਹਦੇ ਹਿਰਦੇ ਚ ਨੇਕੀ ਹੈ ਉਸ ਨੂੰ ਕੀ ਨਹੀਂ ਪ੍ਰਾਪਤ ਹੁੰਦਾ ਨੇਕ ਬੰਦੇ ਨੂੰ ਮਿੱਤਰਾਂ ਵੱਲੋਂ ਵੀ ਸ਼ੀਦਾਂ ਆਸ਼ੀਰਵਾਦਾਂ ਮਿਲਦੀਆਂ ਇੱਥੇ ਤੇ ਪਰਲੋਕ ਵਿੱਚ ਵੀ ਜਨਾਤ ਬਹਿਸ਼ਤ ਦੀ ਪ੍ਰਾਪਤੀ ਹੁੰਦੀ ਹੈ ਇਤੀ ਬਾਤ ਗੁਰੂ ਜਬ ਕਹੀ ਜਦੋਂ ਇਹ ਬਚਨ ਦਸਵੇਂ ਪਾਤਸ਼ਾਹ ਨੇ ਕਹੇ ਸਮਝਿਓ ਮੁਗਲ ਹਿਰਦੇ ਤਬ ਸਹੀ ਚੰਗੀ ਤਰ੍ਹਾਂ ਸਤਸੰਗ ਜੀ ਮੁਗਲ ਇਹ ਸਮਝ ਗਿਆ ਸੈਦ ਬੇਗ ਭਰਿਓ ਅਗਾਰੀ ਦੰਡ ਸਮਾਨ ਡੰਡੇ ਵਾਂਗੂ ਡੰਡੌਤ ਵੰਦਨਾ ਕੀਤੀ ਦਸਵੇਂ ਪਾਤਸ਼ਾਹ ਕੋਲੋਂ ਇਹ ਬਚਨ ਸੁਣ ਕੇ ਇਸਨੇ ਰਾਖ ਰਾਖ ਮੁਝ ਪੀਰ ਮਹਾਨ ਇਹ ਮਹਾਰਾਜ ਤੁਸੀਂ ਪੀਰਾਂ ਦੇ ਪੀਰੋਂ ਰੱਖ ਲਓ ਮੈਨੂੰ ਸ਼ਰਨ ਚ ਰੱਖੋ ਰਾਵਰ ਦਾਸ ਸੁਣੇ
ਬਚ ਜਬੈ। ਆਪ ਜੀ ਦੇ ਦਰਸ਼ਨ ਕਰਕੇ ਜਦੋਂ ਮਹਾਰਾਜ ਤੁਹਾਡੇ ਕੋਲੋਂ ਬਚਨ ਸੁਣੇ ਨੇ, ਪੂਰਬ ਸਿਮਰਤ ਪੀ ਅਬ ਸਭੈ। ਹੁਣ ਮਹਾਰਾਜ ਮੈਨੂੰ ਪਿਛਲਾ ਚੇਤਾ ਆਇਆ ਹੈ, ਪਹਿਲਾਂ ਤਾਂ ਪੜਦਾ ਹੀ ਛਾਇਆ ਹੋਇਆ ਸੀ, ਇਹ ਤੁਹਾਡੇ ਦਰਸ਼ਨਾਂ ਦਾ ਫਲ ਮਿਲਿਆ ਤੇ ਤੁਹਾਡੇ ਬਚਨ ਸੁਣ ਕੇ ਫਲ ਮਿਲਿਆ ਹੈ। ਜਦੋਂ ਗੁਰੂ ਨਾਨਕ ਰੂਪ ਵਿੱਚ ਤੁਸੀਂ ਮਿਲੇ ਸੀ ਨਾ, ਹੁਣ ਮੈਨੂੰ ਚੇਤੇ ਆ ਗਿਆ। ਜਿਵੇਂ ਖਾਲਸਾ ਜੀ, ਆਪਾਂ ਨੂੰ ਹਰ ਕੋਈ ਕਹਿ ਸਕਦਾ ਤੂੰ ਪਿਛਲੇ ਜਨਮ ਦਾ ਮਿਲ ਨਹੀਂ ਹੈ, ਪਰ ਗਿਆਨ ਤਾਂ ਨਹੀਂ ਪਿਛਲੇ ਜਨਮ ਦਾ ਕਰਾ ਸਕਦਾ। ਕਹੇ ਉਹ ਜੇ ਗਿਆਨ ਕਰਾਉਣ ਵਾਲਾ ਹੋਵੇ, ਨਹੀਂ ਤਾਂ ਝੂਠ ਬੋਲਣ ਨੂੰ ਸਾਰੇ ਹੀ ਤਿਆਰ ਹਾਂ। ਇਹਨੂੰ ਜਦੋਂ ਹੀ ਗਿਆਨ ਹੋ ਗਿਆ ਖਾਲਸਾ ਜੀ ਕਿ ਪਿਛਲੇ ਜਨਮ 'ਚ ਮੈਂ ਮੁਗਲ ਸੀ, ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ, ਉਹ ਸਾਰੇ ਪਹਿਲੇ ਜਨਮ ਦੇ ਜਿਹੜੇ ਮਹਾਰਾਜ ਦਾ ਮਲਾਪ ਦੇ ਬਚਨ ਹੋਏ ਚੇਤੇ ਆ ਗਏ। ਭਈ ਸ਼ਕਤ ਮੁਝ ਬਿਖੇ ਵਸਾਲ। ਉਸੇ ਵੇਲੇ ਸਤਸੰਗ ਜੀ ਕਹਿੰਦਾ, ਮਹਾਰਾਜ ਮੇਰੇ ਸ਼ਕਤੀ ਪ੍ਰਾਪਤ ਹੋ ਗਈ। ਰੱਖੋ ਪੀਰ ਜੀ ਲਿਓ ਸੰਭਾਲ। ਹੇ ਪੀਰ ਜੀ, ਇਹ ਸ਼ਕਤੀ ਵੀ ਤੁਸੀਂ ਸੰਭਾਲ ਲਓ, ਮੈਨੂੰ ਲੋੜ ਨਹੀਂ, ਪਰ ਮੈਨੂੰ ਸ਼ਰਨ ਵਿੱਚ ਰੱਖੋ ਆਪਣੇ। ਜਿਤਕ ਪ੍ਰਥਮ ਕੀ ਬਾਤ ਉਬਾਚੀ। ਜਿੰਨੀਆਂ ਪਹਿਲੇ ਜਨਮ ਦੀਆਂ ਤੁਸੀਂ ਬਾਤਾਂ ਕਹੀਆਂ, ਸਭ ਜਾਣੀ ਮੈਂ ਬਿਤੀ ਸੋ ਸਾਚੀ। ਉਹ ਮਹਾਰਾਜ ਸੱਚੀ ਬਾਤ ਹੈ, ਸਭ ਮੇਰੇ ਨਾਲ ਬਤੀਤ ਹੋਈਆਂ ਜਦੋਂ ਗੁਰੂ ਨਾਨਕ ਦੇਵ ਜੀ ਮਿਲੇ ਮੈਨੂੰ। ਦੇ ਧੀਰਜ ਤਬ ਪ੍ਰਭ ਢਿਗ ਰਾਖਾ। ਸਤਿਗੁਰੂ ਨੇ ਧੀਰਜ ਦੇ ਕੇ ਸਹਿਦ ਬੇਗ ਨੂੰ ਕੋਲੇ ਰੱਖਿਆ। ਜਿਸ ਕੋ ਨਿਤ ਦਰਸ਼ਨ ਬਲਾਖਾ। ਜਿਸ ਨੂੰ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਰਹਿੰਦੀ ਸੀ। ਮੁਗਲ ਪ੍ਰਮੋਦ ਘਨੋ ਉਰ ਪਾਇਓ। ਮੁਗਲ ਸਹਿਦ ਬੇਗ ਨੇ ਬੜੀ ਮਨ ਚ ਪ੍ਰਸੰਨਤਾ ਪਾਈ। ਜੇਤਕ ਡੇਰਾ ਸਕਲ ਲੁਟਾਇਓ। ਜਿੰਨਾ ਇਹਦੇ ਕੋਲੇ ਸਤਸੰਗ ਜੀ ਧਨ ਮਾਲ ਸੀ, ਸਭ ਦਾਨ ਕਰ ਦਿੱਤਾ, ਲੁਟਾ ਦਿੱਤਾ। ਜਿੰਨੇ ਇਹਦੇ ਸਾਥੀ ਸੀ ਫੌਜ ਵਿੱਚ, ਇਹਦੇ ਪੱਖੀ ਸਨ, ਸਾਰਿਆਂ ਨੂੰ ਘਰਾਂ ਨੂੰ ਤੋੜ ਦਿੱਤਾ, ਨਾਲੇ ਜਿੰਨਾ ਧਨ ਸੀ ਉਹਨਾਂ ਨੂੰ ਇਨਾਮ ਦੇ ਦਿੱਤਾ। ਸਭ ਕੁਛ ਤਿਆਗ ਰਹੋ ਪ੍ਰਭ ਪਾਸ। ਸਭ ਕੁਛ ਘਰ ਬਾਰ ਵੀ ਤਿਆਗ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਰਹਿ ਪਿਆ। ਹੋਏ ਪਰਲੋਕ ਸੁਖ ਲੱਗੀ ਆਸ। ਕੀ ਮਾਂ 'ਚ ਆਸ ਲੱਗੀ ਮਨ ਵਿੱਚ ਕਿ ਪਰਲੋਕ ਸੁਖ ਪ੍ਰਾਪਤ ਹੋਵੇ, ਜੂਨਾਂ 'ਚੋਂ ਛੁੱਟ ਜਾਵਾਂ। ਸਗਲੇ ਤੁਰਕ ਗਏ ਜਬ ਦੂਰ। ਜਦੋਂ ਮੁਸਲਮਾਨ ਨੱਠ ਕੇ ਜਿਹੜੇ ਲੜਨ ਵਾਲੇ ਸੀ ਦੂਰ ਚਲੇ ਗਏ। ਉਤਰੇ ਡੇਰੇ ਬਿਖੇ ਹਜੂਰ। ਸਤਿਗੁਰੂ ਕਲਗੀਧਰ ਪਾਤਸ਼ਾਹ ਦੁਬਾਰਾ ਆ ਕੇ ਡੇਰੇ 'ਚ ਉਤਰੇ। ਖਾਣ ਪਾਣ ਦਾਣਾ ਤ੍ਰਿਣ ਪਾਏ। ਸਾਰਿਆਂ ਨੇ ਛਕਣਾ ਛਕਾਉਣਾ ਕੀਤਾ ਘੋੜਿਆਂ ਨੂੰ, ਸਤਸੰਗ ਜੀ ਕੱਖ ਪਾਏ ਦਾਣਾ ਚਾਰਿਆ। ਬਸੇ ਨਿਸਾ ਪੂਰਬ ਕੀ ਥਾਏ। ਪਹਿਲੀ ਥਾਂ ਤੇ ਇੱਕ ਰਾਤ ਹੋਰ ਰਹੇ ਚਮਕੌਰ ਸਾਹਿਬ। ਭਈ ਪ੍ਰਭਾਤ ਕੂਚ ਕਰ ਦੀਨ। ਸਵੇਰ ਹੋਈ ਅਨੰਦਪੁਰ ਸਾਹਿਬ ਨੂੰ ਤਿਆਰੀ ਕਰਕੇ ਚੱਲ ਪਏ। ਸੈਦਾ ਬੇਗ ਹਕਾਰਨ ਕੀਨ। ਸੈਦਾ ਬੇਗ ਨੂੰ ਮਹਾਰਾਜ ਨੇ ਬੁਲਾਇਆ। ਬਖਸ਼ੇ ਸ਼ਸਤਰ ਗੁਰੂ ਜੀ ਫੇਰ। ਮਹਾਰਾਜ ਕਹਿੰਦੇ ਐ ਵੀ ਫਕੀਰ ਨਾ ਬਣ, ਹੁਣ ਤੂੰ ਸੂਰਮਾ ਬਣ। ਪਹਿਲੇ ਜਨਮ ਕਹਿੰਦੇ ਅਸੀਂ ਮੈਂ ਸੂਰਮਾ, ਹੁਣ ਸੂਰਮਾ ਤੈਨੂੰ ਬਣਾਉਣਾ ਹੈ। ਵਸਤਰ ਫੇਰ ਤੇ ਸ਼ਸਤਰ ਵੀ ਫੇਰ ਪਹਿਨ। ਚੜ੍ਹਤ ਰੰਗ ਪਰ ਮੁਦਤ ਬਡੇਰ। ਘੋੜਾ ਦਿੱਤਾ ਮਹਾਰਾਜ ਜੀ ਨੇ, ਆ ਘੋੜੇ ਤੇ ਚੜ੍ਹ। ਚਲਿਓ ਸੰਗ ਮਿਲਣ ਸਿੰਘਨ ਸਾਥ। ਇਹ ਸਿੰਘਾਂ ਦੇ ਨਾਲ ਹੀ ਖਾਲਸਾ ਜੀ ਰਲ ਕੇ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ।